देख रहे हो सांझ टीवी न्यूज पोर्टल। फलोर जीटी रोड ते वापरे एक सड़की हादसे च एक परिवार जख्मी हो गया। जानकारी मुताबक जख्मी लुधियाना तो अमृतसर नू जा रहे सन कि पिछो आ रहे टाटा एस ने उन्हां दे मोटरसाइकिल नू साइड मार दिती, जिस नाल कि हादसा हो गया। जख्मी नू इलाज लई सिविल हस्पताल फलोर विखे लियांदा गया, जिथे जख्मियां दा इलाज कर रही डॉक्टर रोहिणी ने दस्या कि इस हादसे च एक औरत ते बच्चे दे सट्टां लगियां, जबकि मोटरसाइकिल चालक ठीक है। ਨੇ ਸਾਡੇ ਕੋਲ ਪੇਸ਼ੈਂਟ ਜਿੱਦਾਂ ਚਾਰ ਐਮਰਜੈਂਸੀ 'ਚ ਆਏ ਹੈਗੇ ਆ, ਉਹਨਾਂ ਨੂੰ ਕੋਈ ਹੈਲਪਰ ਪੀਪਲ ਜਿਹੜੇ ਉਹਨਾਂ ਦੇ ਜਾਣਕਾਰ ਨਹੀਂ ਸਾਨੂੰ ਲੈ ਕੇ ਆਏ ਹੈ, ਤਾਂ ਜੋ ਬੰਦੇ ਨੇ ਜੋ ਐਕਸੀਡੈਂਟ ਦਾ ਵਿਕਟਿਮ ਹੈ, ਸ਼ਿਕਾਰ ਹੈ, ਜੋ ਫੈਮਿਲੀ ਦਾ ਹੈੱਡ ਹੈ, ਉਹਨੇ ਸਾਨੂੰ ਦੱਸਿਆ ਵੀ ਅਸੀਂ ਮੋਟਰਸਾਈਕਲ 'ਤੇ ਸਾਰੀ ਫੈਮਿਲੀ ਅੰਮ੍ਰਿਤਸਰ ਕੋਈ ਫੰਕਸ਼ਨ ਅਟੈਂਡ ਕਰਨ ਜਾ ਰਹੇ ਸੀ, ਅਤੇ ਪਿੱਛੋਂ ਸ਼ਾਇਦ ਕੋਈ ਵਹੀਕਲ ਹਿੱਟ ਕਰਕੇ ਗਿਆ ਹੈ, ਅਤੇ ਇਹ ਜਿੱਦਾਂ ਘਬਰਾ ਕੇ ਸੜਕ 'ਤੇ ਡਿੱਗ ਪਏ ਹੈ, ਤਾਂ ਇਹਨਾਂ ਨੂੰ ਲੈ ਕੇ ਆਏ ਹੈ ਸਾਰੇ ਲੋਕ। ਬੱਚਾ ਇੰਜਰ ਹੋਇਆ ਉਹਦੇ ਵਿੱਚ? ਇੰਜਰੀ 'ਚ ਸਾਰਿਆਂ ਨੂੰ ਹੈ, ਥੋੜ੍ਹੀ ਥੋੜ੍ਹੀ ਹੈ। ਬੱਚਾ ਇੱਕ ਥੋੜ੍ਹਾ ਜਿਹਾ ਪਹਿਲਾਂ ਰਿਸਪੋਂਡ ਨਹੀਂ ਸੀ ਕਰ ਰਿਹਾ, ਛੋਟੇ ਵਾਲਾ ਬੱਚਾ ਤਾਂ ਲੱਗਾ ਸੀ ਕਿਤੇ ਇਹਨੂੰ ਜ਼ਿਆਦਾ ਪ੍ਰੋਬਲਮ ਹੈ, ਬਟ ਉਹ ਡਰਿਆ ਹੋਇਆ ਸੀਗਾ। ਜਦੋਂ ਟ੍ਰੀਟਮੈਂਟ ਦੇ ਦੌਰਾਨ ਪਤਾ ਲੱਗਿਆ ਕਿ ਠੀਕ ਹੈ ਸਾਰੇ ਜਣੇ, ਪਰ ਫਿਰ ਵੀ ਆਪਣਾ ਸ਼ੱਕ ਕੱਢਣ ਨੂੰ ਛੋਟੇ ਬੱਚੇ ਲਈ ਕਹਿ ਦਿੱਤਾ ਵੀ ਸੀ ਟੀ ਸਕੈਨ ਕਰਵਾ ਦਿੱਤਾ ਜਾਏ। ਜੋ ਸਾਡੇ ਹੋਸਪਿਟਲ ਵੱਲੋਂ ਉਹਨਾਂ ਦਾ ਟ੍ਰੀਟਮੈਂਟ ਬਣਦਾ ਸੀ ਉਹ ਸਾਰਾ ਦੇ ਤਾ, ਅਤੇ ਸਾਡੇ ਹਿਸਾਬ ਨਾਲ ਸਾਰੇ ਸੇਫ ਹੈ। ਫਲੋਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।